ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸੋ ਚਰਨਜੀਤ ਸਿੰਘ ਚੰਨੀ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਤੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਰਤ ਜੋੜੋ ਯਾਤਰਾ ਦੇ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਵਿੱਚ ਪਹੁੰਚਣ ਦੇ ਲਈ ਆ ਚੁੱਕੇ ਨੇ ਚੰਨੀ ਸਾਹਿਬ। ਅਸੀਂ ਚਾਹਾਂਗੇ ਦੋ ਸ਼ਬਦ ਕਹਿ ਦਿਓ ਜੀ ਚੰਨੀ ਸਾਹਿਬ, ਦੋ ਸ਼ਬਦ। ਸੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਖ ਸਕਦੇ ਹੋ ਸ਼ੋਭਾ ਵਧਾਉਣ ਦੇ ਲਈ, ਭਾਰਤ ਜੋੜੋ ਯਾਤਰਾ ਦੀ ਸ਼ੋਭਾ ਵਧਾਉਣ ਦੇ ਲਈ ਆ ਚੁੱਕੇ ਨੇ। ਇਹਨਾਂ ਦੇ ਨਾਲ ਇਹਨਾਂ ਦੇ ਸਹਿਯੋਗੀ ਵੀ ਹੋਣਗੇ, ਵਰਕਰ ਵੀ ਹੋਣਗੇ। ਚਰਨਜੀਤ ਸਿੰਘ ਚੰਨੀ ਦੇਖ ਸਕਦੇ ਹੋ ਕੁਛ ਹਜੇ ਕਹਿਣ ਤੋਂ ਖੈਰ ਕਤਰਾ ਰਹੇ ਨੇ ਚੰਨੀ ਸਾਹਿਬ। ਅਸੀਂ ਚਾਹਾਂਗੇ ਦੋ ਸ਼ਬਦ ਕਹਿ ਦਿਓ ਜੀ। ਸੋ ਹੋ ਸਕਦਾ ਬੋਲਣ ਤੋਂ ਗਰੇਜ ਕਰਦੇ ਹੋਣਗੇ, ਪਰ ਐਕਸਕਲੂਸਿਵ ਤਸਵੀਰਾਂ ਚਰਨਜੀਤ ਸਿੰਘ ਚੰਨੀ ਵਰਕਰਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ। ਦੇਖ ਲਓ ਚਰਨਜੀਤ ਸਿੰਘ ਚੰਨੀ ਆ ਚੁੱਕੇ ਨੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਾਰਤ ਜੋੜੋ ਯਾਤਰਾ ਦੇ ਵਿੱਚ ਸਰਹੰਦ ਦੀ ਧਰਤੀ ਤੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚ ਚੁੱਕੇ ਨੇ। ਤਸਵੀਰਾਂ ਮਿਲਦੇ ਹੋਏ ਨਜ਼ਰ ਆ ਰਹੇ ਨੇ, ਚਰਨਜੀਤ ਸਿੰਘ ਚੰਨੀ ਵਰਕਰਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ। ਜਿਹੜੇ ਕਰੀਬੀ ਨੇ ਚਰਨਜੀਤ ਸਿੰਘ ਚੰਨੀ ਦੇ ਆ ਚੁੱਕੇ ਨੇ। ਚਰਨਜੀਤ ਸਿੰਘ ਚੰਨੀ ਵਿਦੇਸ਼ ਤੋਂ ਜਿਵੇਂ ਹੀ ਐਂਟਰੀ ਕੀਤੀ ਸੀ ਇਹਨਾਂ ਨੇ ਤਾਂ ਮੀਡੀਆ ਦੇ ਵਿੱਚ ਵੀ ਚਰਚਾਵਾਂ ਹੋ ਗਈਆਂ ਸੀ, ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਸੀ ਚਰਨਜੀਤ ਸਿੰਘ ਚੰਨੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਖ ਸਕਦੇ ਐਕਸਕਲੂਸਿਵ ਤਸਵੀਰਾਂ ਫੈਕਟ ਨਿਊਜ਼ ਤੇ, ਫੈਕਟ ਨਿਊਜ਼ ਤੇ ਐਕਸਕਲੂਸਿਵ ਤਸਵੀਰਾਂ ਨੇ। ਚਰਨਜੀਤ ਸਿੰਘ ਚੰਨੀ ਨੇ ਆ ਚੁੱਕੇ ਨੇ ਚਰਨਜੀਤ ਸਿੰਘ ਚੰਨੀ ਸਰਹੰਦ ਵਿਖੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ, ਇਹ ਨੇ ਚਰਨਜੀਤ ਸਿੰਘ ਚੰਨੀ। ਉਹੀ ਪੁਰਾਣਾ ਅੰਦਾਜ਼ ਚੰਨੀ ਸਾਹਿਬ ਦਾ, ਉਹੀ ਪੁਰਾਣਾ ਅੰਦਾਜ਼ ਲੋਕ ਕਹਿੰਦੇ ਸੀ ਸਾਡਾ ਚੰਨੀ, ਉਹ ਚੰਨੀ ਆ ਚੁੱਕਿਆ। ਚਰਨਜੀਤ ਸਿੰਘ ਚੰਨੀ ਦੀ ਐਂਟਰੀ ਤੇ ਨਾਰੇ ਵੀ ਲੱਗਣ ਲੱਗੇ ਨੇ, ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਜਿਹੜੇ ਸਰਹੰਦ ਦੀ ਦਾਣਾ ਮੰਡੀ ਦੇ ਵਿੱਚ ਨੇ ਤੇ ਨਾਰੇਬਾਜ਼ੀ ਵੀ ਹੋ ਰਹੀ ਆ ਤੇ ਸੋ ਇਹ ਸੀ ਚਰਨਜੀਤ ਸਿੰਘ ਚੰਨੀ ਦੇਖ ਸਕਦੇ ਹੋ। ਪਰ ਉਹ ਤਸਵੀਰਾਂ ਸਾਹਮਣੇ ਦੇਖੋ, ਰਾਹੁਲ ਗਾਂਧੀ ਵੀ ਸਟੇਜ ਤੇ ਪਹੁੰਚ ਚੁੱਕੇ ਨੇ। ਸੋ ਰਾਹੁਲ ਗਾਂਧੀ ਸਟੇਜ ਤੇ ਪਹੁੰਚੇ ਹੋਏ ਨੇ, ਹੁਣ ਸੰਬੋਧਨ ਵੀ ਕਰਨਗੇ। ਸੋ ਦੇਖ ਸਕਦੇ ਹੋ ਰਾਹੁਲ ਗਾਂਧੀ ਵੀ ਪਹੁੰਚ ਚੁੱਕੇ ਨੇ। ਸੋ ਚਰਨਜੀਤ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸੋ ਚਰਨਜੀਤ ਸਿੰਘ ਚੰਨੀ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਤੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਰਤ ਜੋੜੋ ਯਾਤਰਾ ਦੇ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਵਿੱਚ ਪਹੁੰਚਣ ਦੇ ਲਈ ਆ ਚੁੱਕੇ ਨੇ ਚੰਨੀ ਸਾਹਿਬ। ਅਸੀਂ ਚਾਹਾਂਗੇ ਦੋ ਸ਼ਬਦ ਕਹਿ ਦਿਓ ਜੀ ਚੰਨੀ ਸਾਹਿਬ, ਦੋ ਸ਼ਬਦ। ਸੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਖ ਸਕਦੇ ਹੋ ਸ਼ੋਭਾ ਵਧਾਉਣ ਦੇ ਲਈ, ਭਾਰਤ ਜੋੜੋ ਯਾਤਰਾ ਦੀ ਸ਼ੋਭਾ ਵਧਾਉਣ ਦੇ ਲਈ ਆ ਚੁੱਕੇ ਨੇ। ਇਹਨਾਂ ਦੇ ਨਾਲ ਇਹਨਾਂ ਦੇ ਸਹਿਯੋਗੀ ਵੀ ਹੋਣਗੇ, ਵਰਕਰ ਵੀ ਹੋਣਗੇ। ਚਰਨਜੀਤ ਸਿੰਘ ਚੰਨੀ ਦੇਖ ਸਕਦੇ ਹੋ ਕੁਛ ਹਜੇ ਕਹਿਣ ਤੋਂ ਖੈਰ ਕਤਰਾ ਰਹੇ ਨੇ ਚੰਨੀ ਸਾਹਿਬ। ਅਸੀਂ ਚਾਹਾਂਗੇ ਦੋ ਸ਼ਬਦ ਕਹਿ ਦਿਓ ਜੀ। ਸੋ ਹੋ ਸਕਦਾ ਬੋਲਣ ਤੋਂ ਗਰੇਜ ਕਰਦੇ ਹੋਣਗੇ, ਪਰ ਐਕਸਕਲੂਸਿਵ ਤਸਵੀਰਾਂ ਚਰਨਜੀਤ ਸਿੰਘ ਚੰਨੀ ਵਰਕਰਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ। ਦੇਖ ਲਓ ਚਰਨਜੀਤ ਸਿੰਘ ਚੰਨੀ ਆ ਚੁੱਕੇ ਨੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਾਰਤ ਜੋੜੋ ਯਾਤਰਾ ਦੇ ਵਿੱਚ ਸਰਹੰਦ ਦੀ ਧਰਤੀ ਤੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚ ਚੁੱਕੇ ਨੇ। ਤਸਵੀਰਾਂ ਮਿਲਦੇ ਹੋਏ ਨਜ਼ਰ ਆ ਰਹੇ ਨੇ, ਚਰਨਜੀਤ ਸਿੰਘ ਚੰਨੀ ਵਰਕਰਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ। ਜਿਹੜੇ ਕਰੀਬੀ ਨੇ ਚਰਨਜੀਤ ਸਿੰਘ ਚੰਨੀ ਦੇ ਆ ਚੁੱਕੇ ਨੇ। ਚਰਨਜੀਤ ਸਿੰਘ ਚੰਨੀ ਵਿਦੇਸ਼ ਤੋਂ ਜਿਵੇਂ ਹੀ ਐਂਟਰੀ ਕੀਤੀ ਸੀ ਇਹਨਾਂ ਨੇ ਤਾਂ ਮੀਡੀਆ ਦੇ ਵਿੱਚ ਵੀ ਚਰਚਾਵਾਂ ਹੋ ਗਈਆਂ ਸੀ, ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਸੀ ਚਰਨਜੀਤ ਸਿੰਘ ਚੰਨੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਖ ਸਕਦੇ ਐਕਸਕਲੂਸਿਵ ਤਸਵੀਰਾਂ ਫੈਕਟ ਨਿਊਜ਼ ਤੇ, ਫੈਕਟ ਨਿਊਜ਼ ਤੇ ਐਕਸਕਲੂਸਿਵ ਤਸਵੀਰਾਂ ਨੇ। ਚਰਨਜੀਤ ਸਿੰਘ ਚੰਨੀ ਨੇ ਆ ਚੁੱਕੇ ਨੇ ਚਰਨਜੀਤ ਸਿੰਘ ਚੰਨੀ ਸਰਹੰਦ ਵਿਖੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ, ਇਹ ਨੇ ਚਰਨਜੀਤ ਸਿੰਘ ਚੰਨੀ। ਉਹੀ ਪੁਰਾਣਾ ਅੰਦਾਜ਼ ਚੰਨੀ ਸਾਹਿਬ ਦਾ, ਉਹੀ ਪੁਰਾਣਾ ਅੰਦਾਜ਼ ਲੋਕ ਕਹਿੰਦੇ ਸੀ ਸਾਡਾ ਚੰਨੀ, ਉਹ ਚੰਨੀ ਆ ਚੁੱਕਿਆ। ਚਰਨਜੀਤ ਸਿੰਘ ਚੰਨੀ ਦੀ ਐਂਟਰੀ ਤੇ ਨਾਰੇ ਵੀ ਲੱਗਣ ਲੱਗੇ ਨੇ, ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਜਿਹੜੇ ਸਰਹੰਦ ਦੀ ਦਾਣਾ ਮੰਡੀ ਦੇ ਵਿੱਚ ਨੇ ਤੇ ਨਾਰੇਬਾਜ਼ੀ ਵੀ ਹੋ ਰਹੀ ਆ ਤੇ ਸੋ ਇਹ ਸੀ ਚਰਨਜੀਤ ਸਿੰਘ ਚੰਨੀ ਦੇਖ ਸਕਦੇ ਹੋ। ਪਰ ਉਹ ਤਸਵੀਰਾਂ ਸਾਹਮਣੇ ਦੇਖੋ, ਰਾਹੁਲ ਗਾਂਧੀ ਵੀ ਸਟੇਜ ਤੇ ਪਹੁੰਚ ਚੁੱਕੇ ਨੇ। ਸੋ ਰਾਹੁਲ ਗਾਂਧੀ ਸਟੇਜ ਤੇ ਪਹੁੰਚੇ ਹੋਏ ਨੇ, ਹੁਣ ਸੰਬੋਧਨ ਵੀ ਕਰਨਗੇ। ਸੋ ਦੇਖ ਸਕਦੇ ਹੋ ਰਾਹੁਲ ਗਾਂਧੀ ਵੀ ਪਹੁੰਚ ਚੁੱਕੇ ਨੇ।